ਧੀਆਂ ਦੇ ਕਤਲ ਮਾਮਲੇ ਵਿੱਚ ਪਿੰਡ ਸ਼ੇਖਾ ਖੁਰਦ ਵਿਖੇ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ, ਜਿਸ ਵਿੱਚ ਬਸਪਾ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਅਤੇ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਾਰਟੀ ਵੱਲੋਂ 20,000 ਰੁਪਏ ਦਾ ਆਰਥਿਕ ਸਹਿਯੋਗ ਵੀ ਮੌਕੇ ਤੇ ਦਿੱਤਾ ਗਿਆ। ਮਤਲਬ ਕੀ ਨਾਮ ਹੈ ਤੁਹਾਡਾ? ਸੁਖਜੀਤ ਕੌਰ। ਮਤਲਬ ਜਿਹੜਾ ਤੁਹਾਡਾ ਬੇਟੀਆਂ ਨਾਲ ਜਿਹੜਾ ਹਾਦਸਾ ਹੋਇਆ, ਕੀ ਕਹਾਣੀ ਪੂਰੀ? ਕਹਾਣੀ ਦਾ ਜੀ ਬਸ ਉਹ ਤਾਂ ਰੱਬ ਨੂੰ ਪਤਾ ਹੈਗਾ ਜੀ। ਠੀਕ ਹੈ ਜੀ, ਮੈਂ ਤਾਂ ਬਾਲਾ ਕੁਛ ਕਹਿਣਾ ਨਹੀਂ ਚਾਹੁੰਦੀ, ਮੇਰਾ ਤਾਂ ਭਰੋਸਾ ਵਾਹਿਗੁਰੂ 'ਤੇ। ਬਸ ਮੈਂ ਤਾਂ ਦੱਸ ਹਾਂ, ਮੇਰਾ ਤਾਂ ਮਨ ਔਖਾ ਹੋਇਆ ਪਿਆ ਜੀ, ਮੈਂ ਕੁਛ ਕਹਿ ਨਹੀਂ ਸਕਦੀ। ਬਸ ਮੇਰਾ ਤਾਂ ਇਹੀ ਹੈ। ਕਿੰਨੇ ਬੱਚੇ ਤੁਹਾਨੂੰ? ਮੇਰੇ 3 ਬੇਟੀਆਂ ਜੀ, 1 ਬੇਟਾ। ਤੇ ਜਿਹੜੀਆਂ 2 ਕੁੜੀਆਂ ਨੇ ਕਿਹੜੀ ਕਲਾਸ 'ਚ ਪੜ੍ਹਦੀ? ਵੱਡੀ ਬੇਟੀ BCA 'ਚ, BCA ਫਾਈਨਲ। ਤੇ ਛੋਟੀ? ਛੋਟੀ +2 ਕੀਤੀ। ਤੇ ਜਿਸ ਦਿਨ ਇਹ ਗਏ ਆ ਘਰੋਂ, ਉਸ ਦਿਨ ਕੋਈ ਪੇਪਰ ਵਗੈਰਾ ਸੀ ਜਿੰਨੇ? ਹਾਂਜੀ, ਐਗਜ਼ਾਮ ਦਾ ਆਇਆ ਸੀ, ਐਗਜ਼ਾਮ ਸੀਗਾ ਜੀ ਉਹਨਾਂ ਦਾ, ਲਾਸਟ ਹੀ ਸੀ। ਹਾਂਜੀ, ਉੱਥੇ ਜਾ ਕੇ ਪਤਾ ਲੱਗਿਆ ਵੀ ਹੋਇਆ ਨਹੀਂ, ਗਾ ਕੈਂਸਲ ਹੋ ਗਿਆ। ਹੁਣ ਤੁਸੀਂ ਕੀ ਮੰਗ ਕਰਦੇ? ਮੰਗ ਅਸੀਂ ਇਹ ਕਰਨੀ ਵੀ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ, ਜਿਵੇਂ ਮੇਰੇ ਬੱਚਿਆਂ ਨਾਲ ਦਰਦਨਾਕ ਮੌਤ ਹੋਈ ਆ, ਉਵੇਂ ਹੀ ਕੜੀ ਸਜ਼ਾ ਮਿਲੇ ਬਸ। ਕਿਉਂਕਿ ਤੁਹਾਨੂੰ ਹੀ ਪਤਾ ਹੈ, ਬੱਚਾ 1 ਘੰਟੇ ਦਾ ਸਹਿਣ ਕਰਨਾ ਮੁਸ਼ਕਲ ਹੁੰਦਾ। ਮੈਂ ਪਾਲੀਆਂ ਪਲੋਸੀਆਂ, ਪੜ੍ਹਾਈਆਂ ਲਿਖਾਈਆਂ, 1-1 ਨਹੀਂ 2-2 ਨੂੰ ਤੋਰਿਆ, ਅਤੇ ਤੁਸੀਂ ਦਰਦ ਸਮਝ ਸਕਦੇ ਹੋ ਕਿ ਸਭ ਦੇ 30 ਬੇਟੀਆਂ ਹੈਗੀਆਂ। ਦੂਜੀ ਗੁੱਡੀ ਵੀ ਪੜ੍ਹ ਰਹੀ ਸੀ? ਹਾਂਜੀ, ਪੜ੍ਹਦੀ ਸੀ। ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀਤੀ, ਜਾਂ ਤੁਹਾਨੂੰ ਪ੍ਰਸ਼ਾਸਨ ਨੇ ਕੋਈ ਸਹਾਇਤਾ ਦੇਣ ਦਾ ਐਲਾਨ ਕੀਤਾ? ਹਾਂਜੀ, ਜਿੰਨੇ ਬਣਦੀ ਆ ਕਰੀ ਜਾਂਦੇ ਆ, ਵਿਚਾਰੇ ਸਾਡੀ ਸਪੋਰਟ ਕਰੀ ਜਾਂਦੇ, ਸਾਰੇ ਜਣੇ ਕਰਦੇ ਸਪੋਰਟ। ਮੰਗ ਸਾਡੀ ਇਹੀ ਹੈ ਜੀ ਬਸ, ਵੀ ਕੜੀ ਸਜ਼ਾ ਮਿਲੀ ਉਹਨਾਂ ਨੂੰ ਬਹੁਤ ਜ਼ਿਆਦਾ, ਵੀ ਪਤਾ ਲੱਗ ਜਾਵੇ ਵੀ ਕਿਵੇਂ ਕਿਸੇ ਦੀ ਬੇਟੀ ਨੂੰ ਮਾਰੀ ਦਾ, ਕਿਵੇਂ ਤੜਫ ਤੜਫ ਕੇ ਜਾਨ ਨਿਕਲੀ ਹੈਗੀ। ਉਵੇਂ ਉਹਨਾਂ ਦੇ ਨਾਲ ਹੀ ਹੋਣਾ ਚਾਹੀਦਾ। ਕੀ ਘਟਨਾ ਕਹਿ ਸਕਦੇ? ਘਟਨਾ ਅਸੀਂ ਤਾਂ ਜੀ, ਜਿਵੇਂ ਬੱਚਾ ਬੱਚੇ ਨੂੰ ਪੜ੍ਹਾਉਂਦੇ ਹਾਂ ਆਪਾਂ, ਲਿਖਾਉਂਦੇ ਹਾਂ, ਅਸੀਂ ਤਾਂ ਪੇਪਰ ਦੇਣ ਵਾਸਤੇ ਬੱਚੇ ਭੇਜਦੇ ਸੀ, ਸਾਨੂੰ ਪਤਾ ਨਹੀਂ ਸੀ ਵੀ ਆਹ ਘਟਨਾ ਹੋ ਜਾਣੀ। ਇਸ ਪਰਿਵਾਰ ਨਾਲ ਪਹਿਲਾਂ ਵੀ ਤੁਹਾਡੀ ਕੋਈ ਮਾੜੀ ਮੋਟੀ? ਨਹੀਂ, ਸਾਡੀ ਕੋਈ ਰਹਿੰਦੇ ਸਬਾਜੀ ਨੂੰ। ਕਿਹੜੀ ਕਲਾਸ 'ਚ ਪੜ੍ਹਦੀ ਸੀ ਬੇਟੀ? ਕਿਹੜੀ ਕਲਾਸ 'ਚ ਪੜ੍ਹਦੀ ਸੀ ਦੱਸੋ? BCA ਫਾਈਨਲ। ਹੁਣ ਤੁਸੀਂ ਕੀ ਮੰਗ ਕਰਦੇ? ਮੰਗ ਸਾਨੂੰ ਇਨਸਾਫ ਚਾਹੀਦਾ ਬੱਚਿਆਂ ਵਾਸਤੇ, ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ, ਜਿਹਨੂੰ ਸਜ਼ਾ ਮਿਲਣੀ ਚਾਹੀਦੀ ਜੋ ਬਣਦੀ ਹੈ। ਸਰਦਾਰ ਜਸਵੀਰ ਸਿੰਘ ਗੜੀ ਨੇ ਇਸ ਮੌਕੇ ਕਿਹਾ ਕਿ ਕਾਂਗਰਸ ਸਰਕਾਰ ਮਜ਼ਦੂਰਾਂ ਨਾਲ ਭੇਦਭਾਵ ਕਰ ਰਹੀ ਹੈ। ਉਹਨਾਂ ਮੰਗ ਕੀਤੀ ਕਿ ਸ਼ਹੀਦ ਕਿਸਾਨਾਂ ਦੇ ਪੱਧਰ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਦਾ ਦੋਨੇ ਧੀਆਂ ਦੇ ਮਾਂ ਬਾਪ ਲਈ 50-50 ਲੱਖ ਰੁਪਇਆ ਅਤੇ 2 ਸਰਕਾਰੀ ਨੌਕਰੀਆਂ ਪਰਿਵਾਰ ਨੂੰ ਦਿੱਤੀਆਂ ਜਾਣ। ਬਸਪਾ ਪੰਜਾਬ ਵੱਲੋਂ ਸਰਦਾਰ ਗੜੀ ਨੇ ਜਿੱਥੇ ਮਾਤਾ ਲਈ ਸਰਕਾਰੀ ਨੌਕਰੀ, ਉੱਥੇ ਦੂਜੀ ਨੌਕਰੀ DSP ਰੈਂਕ ਦੀ ਮਰਹੂਮ ਧੀਆਂ ਦੀ ਪੈਣ ਲਈ ਮੰਗ ਕੀਤੀ। ਸਰਦਾਰ ਜਸਵੀਰ ਸਿੰਘ ਗੜੀ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ SC ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ 15 ਦਿਨਾਂ ਵਿੱਚ ਚਲਾਨ ਪੇਸ਼ ਕੀਤੇ ਜਾਣ ਅਤੇ ਫਾਸਟ ਟਰੈਕ ਅਦਾਲਤ ਬਣਾ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਇਸ ਮੌਕੇ ਸਰਦਾਰ ਜਸਵੀਰ ਸਿੰਘ ਗੜੀ ਨੇ ਮੌਜੂਦਾ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਮਹਿਰੂਮ ਧੀਆਂ ਦੇ ਸੰਸਕਾਰ ਮੌਕੇ ਕੀਤੀ ਗੁੰਡਾਗਰਦੀ ਅਤੇ ਕਾਰਵਾਈ ਨਾ ਕਰਨ ਲਈ ਪ੍ਰਸ਼ਾਸਨ ਦੇ ਦਬਾਅ ਪਾਉਣ ਦੀ ਨਿੰਦਾ ਕੀਤੀ। ਅੱਜ ਅਸੀਂ ਬਹੁਜਨ ਸਮਾਜ ਪਾਰਟੀ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਔਰ ਮਾਨਯੋਗ ਪੰਜਾਬ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਪਿੰਡ ਸ਼ੇਖਾ ਖੁਰਦ ਆਏ ਹਾਂ। ਪਿਛਲੇ ਦਿਨੀ 2 ਧੀਆਂ ਜਿਹੜੀਆਂ ਗਰੀਬ ਮਜ਼ਦੂਰ ਦਲਿਤ ਪਰਿਵਾਰਾਂ ਨਾਲ ਸੰਬੰਧਿਤ ਸੀ, ਪੰਜਾਬ ਦੀਆਂ 2 ਧੀਆਂ ਨੂੰ ਕਾਂਗਰਸ ਦੇ ਆਗੂ
पिंड दे साबका सरपंच उहदे पुत्तर ने गोलियां मार के कतल कर दिता और प्रशासन ने अपनी जिहड़ी कारवाई आ उहनू निभाउण दे विच कांग्रेस दे दबाअ थल्ले दो दिन जिहड़ियां साडियां पंजाब दीआं धीआं दीआं लाशां जिहड़ियां आ ਉਹ ਸੜਕਾਂ 'ਤੇ ਰੁਲੀਆਂ। ਕਾਂਗਰਸ ਸਰਕਾਰ ਦਾ ਪ੍ਰਸ਼ਾਸਨ ਇੰਨਾ ਨਿਕੰਮਾ ਆ ਕਿ ਕਾਂਗਰਸ ਦਾ ਮੌਜੂਦਾ ਜਿਹੜਾ MLA ਸ਼੍ਰੀ ਦਰਸ਼ਨ ਸਿੰਘ ਬਰਾੜ ਜੀ ਆ, ਉਹ ਬਰਾੜਗਿਰੀ ਉਹਦੇ ਸਿਰ ਨੂੰ ਇੰਨੀ ਚੜ੍ਹੀ ਹੋਈ ਸੀ ਕਿ ਤਿੰਨ ਦਿਨ ਉਹਨੇ ਦਲਿਤਾਂ ਦੇ ਵਿਹੜਿਆਂ ਵੱਲ ਨੂੰ ਮੂੰਹ ਨਹੀਂ ਕੀਤਾ। ਜਿਸ ਪਰਿਵਾਰ ਦੀਆਂ ਦੋ ਧੀਆਂ ਕਤਲ ਹੋ ਗਈਆਂ ਉਹਦੇ ਵੱਲ ਨੂੰ ਮੂੰਹ ਨਹੀਂ ਕੀਤਾ। ਜਦੋਂ ਲੋਕਾਂ ਨੇ ਲਾਹਨਤਾਂ ਪਾਈਆਂ ਤਾਂ ਸ਼ਮਸ਼ਾਨ ਘਾਟ 'ਤੇ ਪੁੱਜਾ ਔਰ ਸ਼ਮਸ਼ਾਨ ਘਾਟ 'ਤੇ ਪੁੱਜ ਕੇ ਵੀ ਕਾਂਗਰਸ ਦੀ ਗੁੰਡਾਗਰਦੀ ਕਹਿਰ ਦੀ ਸੀ। ਸਾਡੀ ਕੁੜੀਆਂ ਦੀ ਦਾਦੀ, ਸਾਡੀ ਮਾਂ ਬੀਬੀ ਨੂੰ ਧੱਕੇ ਮਾਰੇ, ਪੂਰੇ ਪੰਜਾਬ ਨੇ ਉਹ ਵੀਡੀਓ ਦੇਖੀ। ਔਰ ਜਦੋਂ ਦੋਹਾਂ ਧੀਆਂ ਦੀ ਜਨਨੀ ਸਾਡੀ ਭੈਣ ਜੀ ਨੇ ਉਸ MLA ਨੂੰ ਬਾਹੋਂ ਫੜ ਕੇ ਪੁੱਛਿਆ ਕਿ ਤੂੰ ਦੋ ਦਿਨ ਕਿੱਥੇ ਸੀ, ਤੂੰ ਤੇਰਾ ਰਾਜ ਵਾ, ਤੇਰੀ ਸਰਕਾਰ ਵਾ, ਤਾਂ ਕਾਂਗਰਸ ਦੇ MLA ਦਰਸ਼ਨ ਸਿੰਘ ਬਰਾੜ ਔਰ ਉਹਦੀ ਸਰਕਾਰ ਦਾ ਜਿਹੜੀ ਗੁੰਡਾਗਰਦੀ ਆ, ਬੁਰਸ਼ਾਗਰਦੀ ਆ, ਪੰਜਾਬ ਦੇ ਗਰੀਬਾਂ ਨੂੰ, ਪੰਜਾਬ ਦੇ ਮਜ਼ਦੂਰਾਂ ਨੂੰ ਦਬਾਉਣ ਦੇ ਲਈ ਇਹ ਕਾਂਗਰਸ ਪੂਰਾ ਆਪਣਾ ਜ਼ੋਰ ਲਾਉਂਦੀ ਆ। ਲੇਕਿਨ ਬਹੁਜਨ ਸਮਾਜ ਪਾਰਟੀ ਦੇ ਜਿਹੜੇ ਪਿੰਡ ਦੇ ਵਿੱਚ ਵਰਕਰ ਹੈ, ਮਾਨਯੋਗ ਸ਼੍ਰੀ ਇੰਦਰਜੀਤ ਸਿੰਘ ਸੇਖਾਂ, ਇਹਨਾਂ ਦੀ ਅਗਵਾਈ ਦੇ ਵਿੱਚ ਇਸ ਕੇਸ ਨੂੰ ਜਿਹੜੇ ਸੈਕਟਰ ਦੇ ਪ੍ਰਧਾਨ ਹੈ, ਜ਼ਿਲ੍ਹਾ ਸਕੱਤਰ ਨੇ ਬਹੁਜਨ ਸਮਾਜ ਪਾਰਟੀ ਦੇ, ਸਾਬਕਾ ਜ਼ਿਲ੍ਹਾ ਪ੍ਰਧਾਨ ਨੇ, ਇਹਨਾਂ ਨੇ ਇਸੇ ਪਿੰਡ ਦੇ ਵਸਨੀਕ ਨੇ, ਇਹਨਾਂ ਨੇ ਇਸ ਗਰੀਬ ਪਰਿਵਾਰ ਦੀ ਬਾਂਹ ਫੜੀ ਔਰ ਇੱਥੋਂ ਦੇ ਸੂਝਵਾਨ ਸਾਥੀਆਂ ਨੂੰ ਨਾਲ ਲਿਆ ਔਰ ਨਾਲ ਲੈ ਕੇ ਜਿਹੜਾ SC ST ਕਮਿਸ਼ਨ ਦਾ ਪਰਚਾ ਵੀ ਦਰਜ ਹੋਇਆ, ਮੁੰਡਾ ਵੀ ਗ੍ਰਿਫਤਾਰ ਹੋਇਆ ਔਰ ਦੋ ਧੀਆਂ ਦਾ ਸੰਸਕਾਰ ਵੀ ਉਦੋਂ ਕੀਤਾ ਜਦੋਂ ਉਹਦੇ ਬਾਪ ਦੀ ਗ੍ਰਿਫਤਾਰੀ, ਕਾਂਗਰਸੀ ਆਗੂ ਦੀ ਗ੍ਰਿਫਤਾਰੀ ਹੋਈ ਆ। ਬਹੁਜਨ ਸਮਾਜ ਪਾਰਟੀ ਦੇ ਔਰ ਆਲੇ ਦੁਆਲੇ ਦੇ ਸਾਰੇ ਜਿਹੜੇ ਸੂਝਵਾਨ ਲੋਕ ਸੀ, ਇਮਾਨਦਾਰ ਦਿਆਨਤਦਾਰ ਲੋਕ ਸੀ, ਉਹਨਾਂ ਦਾ ਸਾਰਿਆਂ ਨੇ ਸਹਿਯੋਗ ਕੀਤਾ ਔਰ ਅੱਜ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਨਾਲ ਅਸੀਂ ਇਸ ਪਰਿਵਾਰ ਨੂੰ ਇਹ ਹੌਸਲਾ ਦੇਣ ਆਏ ਹਾਂ ਕਿ ਧੀਆਂ ਨਹੀਂ ਮੋੜ ਸਕਦੇ। ਲੇਕਿਨ ਜਿਨ੍ਹਾਂ ਨੇ ਪੰਜਾਬ ਦੀਆਂ ਧੀਆਂ 'ਤੇ ਜ਼ੁਲਮ ਕੀਤਾ, ਮਜ਼ਦੂਰਾਂ ਦੀਆਂ ਧੀਆਂ 'ਤੇ ਜ਼ੁਲਮ ਕੀਤਾ, ਦਲਿਤਾਂ ਦੀਆਂ ਧੀਆਂ 'ਤੇ ਜ਼ੁਲਮ ਕੀਤਾ, ਅਸੀਂ ਉਸ ਜ਼ਾਲਮ ਨੂੰ ਨੱਥ ਪਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਔਰ ਅੱਜ ਅਸੀਂ ਇਸ ਗੱਲ ਦੇ ਲਈ ਪ੍ਰਸ਼ਾਸਨ ਨੂੰ ਇੱਕ ਬੇਨਤੀ ਕਰਦੇ ਹਾਂ ਕਿ SC ST ਕਮਿਸ਼ਨ ਨੇ ਵੀ ਚਲਾਨ ਪੇਸ਼ ਕਰਨ ਦਾ 15 ਦਿਨ ਦਾ ਸਮਾਂ ਜਿਹੜਾ ਆ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਆ। ਔਰ ਬਹੁਜਨ ਸਮਾਜ ਪਾਰਟੀ ਇਹ ਗੱਲ ਕਹਿਣਾ ਚਾਹੁੰਦੀ ਆ ਪ੍ਰਸ਼ਾਸਨ ਨੂੰ, ਕਿਰਪਾ ਕਰਕੇ ਉਹ ਨੋਟ ਕਰੇ ਕਿ 15 ਦਿਨਾਂ ਤੋਂ 16ਵਾਂ ਦਿਨ ਹੋਣਾ ਨਹੀਂ ਚਾਹੀਦਾ ਚਲਾਨ ਪੇਸ਼ ਕਰਨ ਦੇ ਮਾਮਲੇ 'ਚ, ਔਰ ਫਾਸਟ ਟਰੈਕ ਅਦਾਲਤ ਬਣਾ ਕੇ ਦੋਸ਼ੀ ਨੂੰ, ਦੋਸ਼ੀ ਦੇ ਜਿਹੜਾ ਪਰਿਵਾਰ ਦੇ ਜਿਹੜਾ ਵੀ ਜੀਓ 'ਚ ਸ਼ਾਮਲ ਹੈ ਉਹਨੂੰ ਸਖ਼ਤ 'ਤੇ ਸਖ਼ਤ ਸਜ਼ਾਵਾਂ ਜਿਹੜੀਆਂ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ। ਔਰ ਕੁਛ ਲੋਕਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਆ, ਜਿਹੜੀਆਂ ਇਸ ਕੇਸ ਦੇ ਵਿੱਚ ਪੰਜਾਬ ਦੀਆਂ ਇਹਨਾਂ ਦੋਹਾਂ ਧੀਆਂ ਨੂੰ, ਦਲਿਤਾਂ ਮਜ਼ਦੂਰਾਂ ਦੀਆਂ ਧੀਆਂ ਨੂੰ ਅਣਭੋਲਪੁਣੇ ਵਿੱਚ, ਅਣਜਾਣਪੁਣੇ ਦੇ ਵਿੱਚ ਗਲਤ ਬਿਆਨਬਾਜ਼ੀ ਜਿਹੜੇ ਆਡੀਓ ਵੀਡੀਓ ਪਾ ਕੇ ਕਰ ਰਹੇ ਆ, ਬਹੁਜਨ ਸਮਾਜ ਪਾਰਟੀ ਉਹਨਾਂ ਨੂੰ ਸਖ਼ਤ ਚੇਤਾਵਨੀ ਦਿੰਦੀ ਆ ਕਿਤੇ SC ST ਐਕਟ ਜਾਂ ਹੋਰ ਕੋਈ ਮਾਮਲਾ ਜਾਂ ਹੋਰ ਕੋਈ ਕੇਸ ਕਿਤੇ ਭੋਲਪੁਣੇ 'ਚ ਆਪਣੇ 'ਤੇ ਦਰਜ ਨਾ ਕਰਾ ਲਿਓ। ਅਸੀਂ ਬਹੁਤ ਸਤੇ ਹੋਏ ਹੈਗੇ ਹਾਂ, ਦੁਖੀ ਹੋਏ ਉਹ ਲੋਕ ਹੈ, ਅਸੀਂ ਆਪਣੇ ਦੁੱਖ ਨੂੰ ਸ਼ਾਂਤ ਕਰਨ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਔਰ ਪ੍ਰਸ਼ਾਸਨ ਅੱਗੇ ਬੇਨਤੀ ਆ, ਪੰਜਾਬ ਸਰਕਾਰ ਅੱਗੇ ਬੇਨਤੀ ਆ ਕਿ ਪੰਜਾਬ ਸਰਕਾਰ ਨੇ ਹਲੇ ਤੱਕ ਐਕਸਗ੍ਰੇਸੀਆ ਗ੍ਰਾਂਟ ਜਿਹੜੀ ਕਿ ਪੰਜਾਬ ਸਰਕਾਰ ਸਾਰਿਆਂ ਨੂੰ ਹੀ ਵੰਡ ਰਹੀ ਆ, 250 ਸਾਡਾ ਕਿਸਾਨ ਅੰਦੋਲਨ 'ਚ ਕਿਸਾਨ ਜਿਹੜਾ ਆ ਉਹ ਸ਼ਹੀਦ ਹੋ ਚੁੱਕਾ, ਪੰਜਾਬ ਦੀ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ 50 ਲੱਖ ਰੁਪਈਆ ਐਕਸਗ੍ਰੇਸੀਆ ਗ੍ਰਾਂਟ ਦਿੱਤੀ ਆ ਔਰ ਇੱਕ ਇੱਕ ਨੌਕਰੀ ਦਿੱਤੀ ਆ, ਤਾਂ ਜਿਹੜਾ ਮਜ਼ਦੂਰਾਂ ਦੇ ਪਰਿਵਾਰ ਵਾ ਉਹਨਾਂ ਨਾਲ ਕਾਂਗਰਸ ਸਰਕਾਰ ਵਿਤਕਰਾ ਕਿਉਂ ਕਰ ਰਹੀ ਆ? ਬਹੁਜਨ ਸਮਾਜ ਪਾਰਟੀ ਇਹ ਗੱਲ ਕਹਿਣਾ ਚਾਹੁੰਦੀ ਆ ਕਾਂਗਰਸ ਸਰਕਾਰ ਨੂੰ, ਜਿੱਦਾਂ ਦੇ ਕਿਸਾਨ ਸਾਡੇ ਆ, ਜਿੱਦਾਂ ਦੇ ਕਿਸਾਨ ਸਾਡੇ ਕਿਸਾਨ ਦੀ ਜਾਨ ਹੈ, ਉੱਦਾਂ ਦੀ ਮਜ਼ਦੂਰ ਦੀ ਵੀ ਜਾਨ ਹੈ। ਇਸ ਕਰਕੇ ਕਾਂਗਰਸ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਭੋਗ ਜਿੱਦਣ 28 ਮਾਰਚ ਦਾ ਭੋਗ ਹੈ, ਦੋਵਾਂ ਧੀਆਂ ਦਾ, ਪੰਜਾਬ ਦੀਆਂ ਧੀਆਂ ਸੀ ਔਰ ਕਾਂਗਰਸੀ ਗੁੰਡਿਆਂ ਦੇ ਅੱਤਿਆਚਾਰ ਦਾ ਸ਼ਿਕਾਰ ਹੋਈਆਂ, ਕਾਂਗਰਸ ਨੂੰ ਸਬਕ ਤਾਂ ਬਹੁਜਨ ਸਮਾਜ ਪਾਰਟੀ ਸਿਖਾਏਗੀ। ਅੱਜ ਤੁਹਾਡੀ ਸਰਕਾਰ ਹੈ ਮੁੱਖ ਮੰਤਰੀ ਸਾਹਿਬ, ਕਿਰਪਾ ਕਰਕੇ ਇਹਨਾਂ ਨੂੰ 50 ਲੱਖ ਦੀ ਐਕਸਗ੍ਰੇਸੀਆ ਗ੍ਰਾਂਟ, ਜਿਹੜੀ ਦੋਹਾਂ ਧੀਆਂ ਦੇ ਨਾਂ 'ਤੇ 1 ਕਰੋੜ ਦੀ ਜਿਹੜੀ ਐਕਸਗ੍ਰੇਸੀਆ ਗ੍ਰਾਂਟ ਹੈ ਉਹ ਔਰ ਦੋਹਾਂ ਧੀਆਂ ਦੇ ਨਾਮ 'ਤੇ 1-1 ਨੌਕਰੀ ਇਸ ਪਰਿਵਾਰ ਦੇ ਜੀਆਂ ਨੂੰ ਦਿੱਤੀ ਜਾਵੇ।
इस जिहड़ी धीआं दी माँ आ उह वी मैट्रिक पास है। धीआं दी जिहड़ी इक होर भैण बचदी आ 18 साल दी 20 साल दी उमर है और उह वी 10वीं तों उपर पढ़ी होई आ, ग्रैजुएट हैगी आ। और जिहड़ी ग्रैजुएट धी आ किथे उहनूं बेटी नूं बुलाओ जरा, भैण साडी इह ग्रैजुएट है ते दो धीआं कांग्रेस ने कतल, इहनूं दो धीआं कांग्रेस दे राज विच कांग्रेसी गुंडियां दीआं गोलियां दा शिकार होईआं और कांग्रेस सरकार इस गल तों माफ़ी मंगे, पंजाब दीआं धीआं तों, पंजाब दे दलतां तों माफ़ी मंगे, पंजाब दे मजदूरां तों माफ़ी मंगे। और जिहड़ी साडी इह भैण धी ग्रैजुएट है इहनूं DSP पद्धर दी नौकरी दित्ती जावे, तुरंत DSP पद्धर दी तुरंत। और असीं इस परिवार नूं इह बेनती करदे हां, जे कांग्रेस सरकार ने साडी बेनती ना मन्नी, बहुजन समाज पार्टी अपनी सरकार बना के इस कुड़ी लई DSP दी नौकरी और इस परिवार के लिए जी एक्सग्रेशिया ग्रांट जे कांग्रेस ने ना दिती, जो असी मंगी असी देंगे 1 करोड़ की और असी थोनू दो नौकरियां देंगे, जे कांग्रेस ने ना दित्तियां तकड़े होकर 222 ले जोर मारना है, ता जो मजदूरों की, गरीबों की, दलतों की, पछड़ियां की, किसानों की, मुलाजमान की, जिन्हां विद्यार्थियों की, जिन्हां ते कांग्रेस और दूजिया पार्टियां जुल्म कर दियां, वो इन्हां तों छुटकारा पा सकन। धन्यवाद। ਇੱਥੇ ਵਿਸ਼ੇਸ਼ ਦੱਸਣ ਯੋਗ ਹੈ ਕਿ ਪਹਿਲੇ ਦਿਨ ਤੋਂ ਹੀ ਬਸਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਇੰਦਰਜੀਤ ਸਿੰਘ ਸ਼ੇਖਾ ਅਤੇ ਸਮੁੱਚੀ ਜ਼ਿਲ੍ਹਾ ਬਸਪਾ ਟੀਮ ਪਰਿਵਾਰ ਦੇ ਨਾਲ ਹਰ ਪਲ ਖੜੀ ਰਹੀ ਹੈ, ਜਿਸ ਦਾ ਨਤੀਜਾ ਹੈ ਕਿ ਪਰਿਵਾਰ ਨੂੰ ਇਨਸਾਫ ਮਿਲੇ। ਉਮੀਦ ਜਾਰੀ ਹੈ ਅਤੇ ਦੋਸ਼ੀ ਤੇ ਦੋਸ਼ੀ ਦਾ ਬਾਪ ਗ੍ਰਿਫਤਾਰ ਹੋਇਆ ਹੈ। ਭਾਰਤ ਸੰਦੇਸ਼ ਲਈ ਜੈਤੋ ਤੋਂ ਹੁਕਮ ਚੰਦ ਦੀ ਰਿਪੋਰਟ।